हाँ जी भाजपा नमस्कार जी नमस्कार ਨਵੇਂ ਸਾਲ ਦੀਆਂ ਮੁਬਾਰਕਾਂ ਤੈਨੂੰ ਮੈਂ ਅੱਜ ਮੇਰੇ ਵੀਰਾਂ ਨੂੰ ਪਾਰਟੀ ਕਰਨੀ ਮੈਂ ਇੱਥੇ ਖੜਾ ਸੀ ਯਾਰ ਸੂਏ ਤੇ ਆਜੋ ਆਜੋ ਮੈਂ ਯਾਰ ਰੋਜ਼ ਕਹਿ ਦਿੰਦਾ ਤੁਸੀਂ ਪਾਰਟੀ ਕਰੀ ਨਵੇਂ ਸਾਲ ਤੇ ਤੁਹਾਨੂੰ ਆ ਸੂਏ ਤੇ ਆਜੋ ਬਸ ਹਾਂ ਬਾਈ ਚੱਲ ਫਿਰ ਆ ਜਾਣਾ ਫਿਰ ਮੈਂ ਕੋਈ ਨੀ ਆ ਗਿਆ ਫਿਰ ਪਾਰਟੀ ਕਰੀਏ ਪਾਰਟੀ ਨਵੇਂ ਸਾਲ ਦੀ ਚਲੋ ਪਤਾ ਤਿਆਰੀ ਹੁੰਦੀ ਆ ਕੰਮ ਦਾ ਮੌਕਾ ਮਿਲਦਾ ਆਪਾਂ ਨੂੰ ਡੈਡੀ ਦਾ ਫੋਨ ਆ ਗਿਆ ਮੈਨੂੰ ਘਰੇ ਜਾਣਾ ਪਊਗਾ ਕੋਈ ਗੱਲ ਨੀ ਯਾਰ ਅਗਲੀ ਵਾਰ ਕਰਦੇ ਆ ਫਿਰ ਚਲ ਮਿਲਦੇ ਆ ਫਿਰ ਚਲੋ ਠੀਕ ਆ ਠੀਕ ਆ ਅਸੀਂ ਆਉਂਦੇ ਹਾਂ ਫਿਰ ਬਾਅਦ ਬੈਂਕ ਵਾਲੇ ਪੈਸੇ ਨੀ ਛੇੜਨੇ ਪੈਂਦੇ ਇਸ ਚ ਪੂਏ ਦਾ ਜਗਾੜ ਹੋ ਗਿਆ ਮੀਟ ਦਾ ਵੀ ਬਣ ਜੂ ਅੱਜ ਚੱਲ ਚੱਲ ਗਿਆ ਅੱਜ ਮਾਫ਼ ਕਰ ਦੇ ਯਾਰ ਤੈਨੂੰ ਸਰਦਾਰ ਜੀ ਮਾਫ਼ ਕਰ ਦੋ ਜਮਾਨ ਲਾਉਣਾ ਨਾ ਤੂੰ ਮੇਰੇ ਨਾਲ ਮੇਰੇ ਵੀ ਸੱਟ ਲੱਗੀ ਅਸੀਂ ਕਾਰ ਤੇ ਗੱਲ ਕਰੋ ਵੇ ਕਾਰ ਤੇ ਨਾ ਜਾਓ ਜੀ ਮੋਟਰਸਾਈਕਲ ਜਾਂ ਜਹਾਜ਼ ਤਾਂ ਨਹੀਂ ਬੈਠਿਆ ਗਿਆ ਕਦੇ ਮੋਟਰਸਾਈਕਲ ਤੇ ਇਹ ਤਾਂ ਕਦੇ ਸੁਪਨੇ ਚ ਵੀ ਨਹੀਂ ਦੇਖਿਆ ਹੋਣਾ ਮੋਟਰਸਾਈਕਲ ਭਖਾਰੀ ਬੰਦਾ ਕਰੂਗਾ ਕੀ ਇਹ ਮੈਂ ਖਰੀਦਿਆ ਕਿੰਨੇ ਦਾ ਇਹ 65,000 ਦਾ ਮੈਂ ਦਿੰਦਾ 65,000 ਦਾ ਇਹ ਦਊ 65,000 ਬੁੱਤੀ ਦੇਖੀਏ 65,000 ਵਾਲੀ 65,000 ਕਿੱਥੇ ਆ ਫੋਨ ਲਾ ਕੇ ਮਿਸ ਕਾਲ ਮਾਰ ਕੇ ਦੇਖ ਲਾ ਪਤਾ ਲੱਗ ਜੂ ਬੈਲੈਂਸ ਕਿੰਨਾ ਦੇਖ ਮੈਸੇਜ ਆਊ ਬਾਈ ਰੱਖੀ ਬੈਠਾ ਅਕਾਊਂਟ ਚ ਤਰਸੇਮ
ਮੌਤ ਮਾਰਦੀ ਨਾ ਬੰਦੇ ਨੂੰ ਤਾਈ ਗੋ ਮਾਰਦੀ ਗੁੰਡੀ ਚੜੀ ਅਸਮਾਨੀ ਚੱਟ ਥੱਲੇ ਤਾਰਦੀ ਓ ਮੌਤ ਮਾਰਦੀ ਨਾ ਦੋ ਤਿੰਨ ਥੱਪੜ ਜੜਤੇ ਉਹ ਕਹਿੰਦਾ ਇਹ ਕਹਿੰਦਾ ਤੂੰ ਆਪਦੀ ਅਕਾਦ ਚ ਰਹਿ ਉਹ ਕਹਿੰਦਾ ਤੂੰ ਆਪਦੀ ਅਕਾਦ ਚ ਰਹਿ ਇਹ ਕਹਿੰਦਾ ਤੈਨੂੰ ਮੋਟਰਸਾਈਕਲ ਖਰੀਦਿਆ ਜਾਣ ਕਹਿੰਦਾ ਉਹ ਕਦੇ ਮੋਟਰਸਾਈਕਲ ਕਦੇ ਖਰੀਦ ਦੇਖਿਆ ਦਿਲ ਨੀ ਫੜਦਾ ਲੰਗੋਵਾਲ ਦੇ ਬਹੁਤ ਹੀ ਮਸ਼ਹੂਰ ਇਹਨਾਂ ਦੋ ਰੈਸਟੋਰੈਂਟ ਨੇ ਇੱਕ ਪਿੰਡ ਦੇ ਆਪਾਂ ਕਹਿ ਲਈਏ ਅੰਦਰਲੇ ਖੂਹ ਤੇ ਹੈ ਤੇ ਆਹ ਇੱਕ ਬੜਵਰ ਰੋਡ ਤੇ ਮੇਨ ਰੋਡ ਹੈ ਜਿਹੜਾ ਬੜਵਰ ਰੋਡ ਸੁਨਾਮ ਰੋਡ ਬਰਨਾਲਾ ਰੋਡ ਵੀ ਕਹਿ ਦਿੰਦੇ ਇਹਨੂੰ ਇਹਨਾਂ ਦੁਕਾਨ ਤੇ ਅਸੀਂ ਇੱਥੇ ਰੈਸਟੋਰੈਂਟ ਤੇ ਪਹੁੰਚਿਆਂਗੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਆਓ ਜੀ ਹਾਂਜੀ ਬਾਬੂ ਜੀ ਨਮਸਕਾਰ ਜੀ ਹਾਂਜੀ ਆਪ ਇਹ ਦੱਸੋ ਜੀ ਵੀ ਆਪਣੇ ਕੋਲ ਕੀ ਕੀ ਸੁਵਿਧਾਵਾਂ ਨੇਗੀਆਂ ਜੇ ਕਈ ਵਾਰ ਰਾਤ ਨੂੰ ਵੀ ਰੁਕਣ ਦਾ ਜਾਂ ਕੋਈ ਪ੍ਰਬੰਧ ਹੈਗਾ ਜਾਂ ਮਤਲਬ ਕਿ ਆਪਣੇ ਕੋਲ ਕਿਸ ਤਰ੍ਹਾਂ ਦੀਆਂ ਮਠਿਆਈਆਂ ਜਾਂ ਜਨਮ ਦਿਨ ਦੀਆਂ ਪਾਰਟੀਆਂ ਵਾਸਤੇ ਮਤਲਬ ਕਿ ਜੋ ਸਮਾਨ ਹੈ ਉਹ ਉਪਲਬਧ ਹੁੰਦਾ ਜੀ ਉਹਦੇ ਬਾਰੇ ਜਾਣਕਾਰੀ ਦੇ ਸਾਡੇ ਕੋਲ ਜਨਮ ਦਿਨ ਦੀ ਪਾਰਟੀ ਲਈ ਹਾਂਜੀ ਤੇ ਵਿਆਹ ਦੇ ਪ੍ਰੋਗਰਾਮਾਂ ਦੇ ਲਈ ਠੀਕ ਹੈ ਜੀ ਹਰੇਕ ਤਰ੍ਹਾਂ ਦੀ ਆਈਟਮ ਹਰੇਕ ਤਰ੍ਹਾਂ ਦੀ ਸਵੀਟਸ ਠੀਕ ਹੈ ਜੀ ਅਲੱਗ ਕੇਕ ਪੇਸਟਰੀ ਵਗੈਰਾ ਸਭ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸ਼ਾਦੀ ਕਰਨੀ ਹੈ 100-150 ਬੰਦੇ ਕੋਈ ਹਰੇਕ ਇੰਗੇਜਮੈਂਟ ਦਾ ਪ੍ਰੋਗਰਾਮ ਹੈ ਉਹ ਵੀ ਸਾਡੇ ਕੋਲ ਹਾਲ ਦੀ ਜਿਹੜੀ ਹੈ ਸੁਵਿਧਾ ਉਪਲਬਧ ਹੈ ਤੇ ਹਮੇਸ਼ਾ ਮਤਲਬ ਖਾਣਾ ਬਹੁਤ ਵਧੀਆ ਖਾਣਾ ਜਦੋਂ ਵੀ ਮਰਜ਼ੀ ਸਾਡੇ ਕੋਲ ਪਿਆਰ ਮਿਲਦਾ ਸਵੀਟਸ ਹਰੇਕ ਤਰ੍ਹਾਂ ਦੀ ਮਿਲਦੀ ਹੈ ਕਨਫੈਕਸ਼ਨ ਹੈ ਮੈਡਮ ਸਰਵਿਸ ਮਤਲਬ ਕਿ ਆਪਾਂ ਕਿੰਨਾ ਟਾਈਮ ਕਹਿ ਦਿੰਦੇ ਹਾਂ ਕਿ ਆਪਣਾ ਸਰਵਿਸ 24 ਘੰਟੇ ਸਰਵਿਸ ਮਤਲਬ ਕਿ ਤੁਹਾਡੀ ਸੁਬਾਹ 8 ਵਜੇ ਤੋਂ ਲੈ ਕੇ ਸ਼ਾਮ ਦੇ 11 ਵਜੇ ਤੱਕ ਤੇ ਅਸੀਂ ਹੋਮ ਡਿਲੀਵਰੀ ਵੀ ਦੇ ਦਿੰਦੇ ਹਾਂ ਕੈਂਟ ਭਾਵ ਤੁਹਾਡੇ ਕੋਲ ਸਾਰੀਆਂ ਹੀ ਸੁਵਿਧਾਵਾਂ ਉਪਲਬਧ ਨੇ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਸੰਕਰ ਰੈਸਟੋਰੈਂਟ ਵਾਲੇ ਬਾਬੂ ਜੀ ਦਾ ਤੇ ਸਾਡੀ ਟੀਮ ਵੱਲੋਂ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਹਾਂਜੀ ਦੁਬਾਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ